ਬਿਲਕੁਲ ਜੀ, ਅੱਜ ਸਾਡੇ ਨਾਲ ਮੌਜੂਦ ਨੇ ਉਹ ਗੱਭਰੂ ਜਿਨ੍ਹਾਂ ਨੂੰ ਅਸੀਂ ਅਕਸਰ ਵੇਖਦੇ ਹਾਂ ਕੰਟੀਨੀ ਮੰਡੀਰ 'ਚ। ਬਾਈ ਰਮਨਦੀਪ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਵੀਰੇ? ਠੀਕ ਠਾਕ। ਚੜ੍ਹਦੀ ਕਲਾ, ਤੁਸੀਂ ਸੁਣਾਓ? ਬਹੁਤ ਵਧੀਆ, ਬਹੁਤ ਟਾਈਮ ਬਾਅਦ ਮੁਲਾਕਾਤ ਹੁੰਦੀ ਹੈ, ਕਿੱਦਾਂ? ਚੜ੍ਹਦੀ ਕਲਾ ਸਰ, ਬਹੁਤ ਵਧੀਆ, ਬਹੁਤ ਵਧੀਆ। 1.5 ਸਾਲ ਤਾਂ ਕਰੋਨਾ ਨਹੀਂ ਕੱਢਤੇ ਸੀ, ਪਰ ਐਂ ਵੀ ਹੁਣ ਮੁਲਾਕਾਤ ਹੋਈ, ਬਹੁਤ ਵਧੀਆ ਜੀ। ਚੜ੍ਹਦੀ ਕਲਾ, ਸਭ ਠੀਕ ਠਾਕ, ਤੁਸੀਂ ਸੁਣਾਓ? ਕੀ ਬਾਤ ਹੈ ਜੀ। ਸੋ ਬਹੁਤ ਹੀ ਘੈਂਟ ਅੱਜ ਮਕਸਦ 'ਤੇ ਮੌਜੂਦ ਹਾਂ, ਮੈਂ ਅਤੇ ਬਾਪੂ। ਕਿਵੇਂ ਦੀ ਫੀਲਿੰਗ ਹੈ ਸਭ ਤੋਂ ਪਹਿਲਾਂ? ਪਿਓ ਅਤੇ ਪੁੱਤ ਦੀ ਯਾਰੀ, ਪਿਓ ਅਤੇ ਪੁੱਤ ਦੀਆਂ ਸ਼ਰਾਰਤਾਂ, ਹੈ ਨਾ, ਸਾਡੀ ਆਪਣੇ ਫਾਦਰ ਸਾਹਿਬ ਨਾਲ ਸਾਰਿਆਂ ਦੀ, ਅਸੀਂ ਉਹਨਾਂ ਕਰਕੇ ਹੀ ਹੈ ਨਾ। ਸੋ ਇਹ ਮਤਲਬ ਮੈਂ ਟ੍ਰੇਲਰ ਵੇਖਿਆ ਸੀਗਾ, ਬੜੀਆਂ ਸ਼ਰਾਰਤਾਂ ਨੇ ਅਤੇ ਝਟਕਾਂ ਵੀ ਪੈਂਦੀਆਂ ਪਰਮੇਸ਼ ਵੀਰੇ ਨੂੰ। ਅਸਲ ਦੇ ਵਿੱਚ ਵੀ ਉਹ ਹਮੇਸ਼ਾ ਹੀ ਮਤਲਬ ਉਹਦੇ ਡੈਡ 'ਚ ਝਟਕਾਂ ਵੀ ਮਾਰਦੇ ਆਏ ਨੇ ਸ਼ੁਰੂ ਤੋਂ ਵੀਰੇ ਦੇ, ਅਤੇ ਮੈਨੂੰ ਵਧੀਆ, ਬਾਕੀ ਦੇਖਦੇ ਹਾਂ ਕੀ ਮਾਹੌਲ ਹੈ, ਹੈ ਨਾ, ਅਤੇ ਇੱਦਾਂ ਬਾਕੀ ਵਧੀਆ ਆਊਗੀ, ਪਰਿਵਾਰਕ ਫਿਲਮ ਆਊਗੀ। ਸੋ ਵੀਰੇ ਗੱਲ ਕਰੀ ਨਾ, ਤੁਸੀਂ ਅਕਸਰ ਸਵਾਲ ਤੁਸੀਂ ਪੁੱਛਦੇ, ਅੱਜ ਥੋੜ੍ਹਾ ਜਿਹਾ ਤੁਹਾਨੂੰ ਪੁੱਛਾਂਗੇ, ਬਾਪੂ ਨਾਲ ਕਿੰਨੇ ਵਾਰੀ ਫਿਲਮ ਦੇਖਣ ਆਏ ਹੋ ਤੁਸੀਂ? ਮੈਂ ਆਇਆ ਜੀ, ਮੈਂ ਮੰਮੀ ਡੈਡੀ ਦੋਨਾਂ ਨਾਲ ਆਇਆ ਜੀ ਦੇਖਣ ਫਿਲਮ, ਅਤੇ ਐਂ ਵੀ ਕਈ ਵਾਰੀ ਵਿੱਚ ਮਤਲਬ ਪੇਸ਼ੈਂਸ ਲੈਵਲ ਮੇਰੇ ਡੈਡੀ ਦਾ ਵੀ ਕਈ ਵਾਰੀ ਹੋ ਜਾਂਦਾ ਵੀ ਜਦੋਂ ਫਿਲਮ ਦੇ ਵਿੱਚ ਕਈ ਵਾਰੀ ਗਾਣਾ ਚੱਲਣ ਲੱਗ ਜਾਂਦਾ, ਉਦੋਂ ਡੈਡੀ ਜੀ ਬੋਰ ਜੇ ਹੁੰਦੇ ਹੋਣੇ, ਫਿਰ ਮੈਨੂੰ ਕਹਿੰਦੇ ਹੋਣੇ ਵੀ ਇਹ ਕਦੋਂ ਮੁੱਕੂਗਾ ਗਾਣਾ। ਮੈਂ ਕਿਹਾ ਜੀ ਹੁਣ ਇਹ ਆਪਾਂ ਅੱਗੇ ਪਿੱਛੇ ਤਾਂ ਕਰ ਨਹੀਂ ਸਕਦੇ, ਆਪਣੇ ਕੰਪਿਊਟਰ 'ਤੇ ਤਾਂ ਆਪਾਂ ਅੱਗੇ ਪਿੱਛੇ ਕਰ ਦਿੰਦੇ ਹਾਂ ਵੀ ਚੱਲ ਗਾਣਾ ਟਪਾ ਤਾ, ਅਤੇ ਐਂ ਵੀ ਉਹ ਫਿਰ ਉਦੋਂ ਕਹਿੰਦੇ ਹੁੰਦੇ ਨੇ ਵੀ ਚੱਲ ਯਾਰ ਗਾਣਾ ਵੱਡਾ ਸੀ, ਗਾਣਾ ਛੋਟਾ ਸੀ, ਪਰ ਮੈਂ ਆ ਜਾਂਦਾ ਹੁੰਦਾ ਵੀਰੇ ਉਹਨਾਂ ਨੂੰ। ਵੈਸੇ ਵੀ ਮੈਨੂੰ ਹੁੰਦਾ ਕਿ ਉਹ ਉਹਨਾਂ ਨੂੰ ਜਿਵੇਂ ਨਵੀਆਂ ਚੀਜ਼ਾਂ ਮਾਲ ਖੁੱਲ੍ਹਦੇ ਨੇ ਜਾਂ ਕੋਈ ਕੌਫੀ ਸ਼ੋਪ ਖੁੱਲ੍ਹਦੀ ਹੈ ਤਾਂ ਮੈਂ ਆਪਣੇ ਪਾਪਾ ਨੂੰ ਨਾਲ ਲੈ ਕੇ ਆਵਾਂ, ਹੈ ਨਾ ਜੀ, ਵਧੀਆ ਰਹਿੰਦਾ ਜੀ। ਯਾਦ ਹੈ ਕਿਹੜੀ ਫਿਲਮ ਦੇਖੀ ਸੀ ਬਾਪੂਰਾ ਨਾਲ ਤੁਸੀਂ ਪਹਿਲੀ? ਵੀਰੇ ਮੈਨੂੰ ਸਭ ਤੋਂ ਪਹਿਲੀ ਚੇਤਾ, ਊਂ ਤਾਂ ਚਲੋ ਮੈਂ ਦੇਖਦਾ ਹੀ ਆਇਆ ਅਤੇ ਪੰਜਾਬੀ ਫਿਲਮਾਂ ਵੀ ਵੇਖਦਾ ਆਇਆ ਘਰ ਦੇ ਨਾਲ, ਸਭ ਤੋਂ ਪਹਿਲਾਂ ਅਸੀਂ ਸਾਰੇ ਪਰਿਵਾਰ ਨੇ ਬਹਿ ਕੇ ਦੇਖੀ ਸੀ ਬਾਰਡਰ ਫਿਲਮ, ਉਦੋਂ ਮੈਂ ਛੋਟਾ ਹੈ ਜੀ। ਹਾਂ 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 ਹਾਂ, ਫਿਲਮ ਹੈ ਵੀ ਉਹ ਸਨੀ ਦਿਓਲ ਦੇ ਬਾਈ ਦੇ ਫੈਨ ਸੀ ਆਪਾਂ, ਚਲੋ ਉਹਨਾਂ ਦੀ ਐਕਟਿੰਗ ਦੇ ਫੈਨ ਆ, ਅਤੇ ਉਹ ਵਧੀਆ ਸੀਗਾ ਜੀ, ਪਰਿਵਾਰਕ ਪਰਿਵਾਰ ਨਾਲ ਬਹਿ ਕੇ ਦੇਖੀ ਸੀਗੀ। ਲਾਸਟ ਸਵਾਲ ਆ ਮੇਰਾ ਕਿ ਬਹੁਤ ਸਾਰੇ ਲੋਕ ਉਡੀਕ ਕਰ ਰਹੇ ਨੇ ਕਿ ਰਵਨੀਤ ਫਿਲਮਾਂ ਦੇ ਵਿੱਚ ਆਊ, ਵਾਪਸੀ ਕਦੋਂ ਹੋਊਗੀ? ਤੁਸੀਂ ਐਂਟਰ ਤੁਸੀਂ ਕਰ ਚੁੱਕੇ ਹੋ? ਚੰਗੀ ਟੀਮ ਅਤੇ ਚੰਗਾ ਕੰਟੈਂਟ ਦੀ ਮੈਂ ਭਾਲ ਹੈ, ਅਤੇ ਹਜੇ ਵੀ ਮਤਲਬ ਮੈਨੂੰ ਕਈ ਬੰਦੇ ਮੈਨੂੰ ਅਪਰੋਚ ਕਰਦੇ ਨੇ ਕਿ ਆਪਾਂ ਕਰੀਏ, ਪਰ ਮੈਨੂੰ ਐਂ ਵੀ ਵਧੀਆ ਹੀ ਹੋਵੇ, ਇਹ ਕੰਸੈਪਟ ਵਧੀਆ ਹੋਵੇ, ਟੀਮ ਵਧੀਆ ਹੋਵੇ, ਜ਼ਰੂਰ ਕਰਾਂਗੇ ਬਾਬਾ ਚਾਹੂਗਾ। ਬਾਕੀ ਮਿਲਦੇ ਆਪਾਂ ਫਿਲਮ ਤੋਂ ਬਾਅਦ, ਬਹੁਤ ਬਹੁਤ ਮੁਬਾਰਕਾਂ, ਥੈਂਕ ਯੂ।